गुड मॉर्निंग दोस्तों, आज है अप्रैल 30, 2022। तो अज मैं शुरू कर रहा एक सैस्काटून का होर नेबरहुड है सिल्वर स्प्रिंग। तो हूँ है रीवर रोड है, इतों असी रीवर रोड तो मेन जी रोड है रीवर रोड, तो इतों फेयर ब्रदर है ये स्ट्रीट, इस तो शुरू करांगे। तो मेरे नाल बने रहो, ये है फेयर ब्रदर। सो लेट्स स्टार्ट। टेंपरेचर जिहड़ा है राइट नाउ 2 डिग्री है, बड़ा कामफुल डे है, तो फील लाइक भी जो टेंपरेचर वो 2 डिग्री है। सो आज भी मैं काफ़ी देर बाद कर रहा मॉर्निंग वॉक, क्योंकि वैदर जोड़ा सी वो बड़ा अप्स एंड डाउन रहा रहा पिछले कुछ दिन, तो हूँ थोड़ा ठीक है। दोपहर में तकरीबन मैक्सिमम जो टेंपरेचर 16-17 डिग्री हो जाता, पर सवेरे ठंड होंगी है तकरीबन लास्ट डे रहा, वैसे कई बार माइनस भी हो जाता अराउंड -1 और -2, पर ओवरऑल हूँ स्प्रिंग ऑलमोस्ट आ गई है। सो ये भी नेबरहुड काफ़ी वधिया नेबरहुड है, वैसे पुरानी है ये बनी हुई, पर काफ़ी खुले तुसी देख सकते हैं सड़कां, ते घर भी सोहने बने हुए हैं, ग्रीनरी शुरू हो गई, घा देख सकते हैं तुसी, घा हरा होना शुरू हो गया। सो होपफुली हूँ स्प्रिंग जी रियली वो आ जाएगी, क्योंकि पिछले दिनों तो कई बार स्नो भी पै जी सी थोड़ी बहुत, तो ठंड हो जाती सी। फेयर वेदर कोट का कुछ एरिया है थोड़ा जहा, मैं तुहानू इहदे भी घर मैं दिखाना।
ਇਸ ਤਰ੍ਹਾਂ ਜਿਹੜੀਆਂ ਸਟ੍ਰੀਟਾਂ ਹੈ ਬੰਦ ਹੋ ਜਾਂਦੀਆਂ। ਇਹਨਾਂ ਦਾ ਨਾਂ ਕੋਰਟ ਟੈਰਿਸ ਇਸ ਤਰ੍ਹਾਂ ਰੱਖੇ ਜਾਂਦੇ ਆ, ਪਰ ਮੇਨ ਸਟ੍ਰੀਟ ਦਾ ਜਿਹੜਾ ਨਾਂ ਹੁੰਦਾ ਉਹ ਜਿਸ ਤਰ੍ਹਾਂ ਇਹਦਾ ਫੇਅਰ ਬ੍ਰਦਰ ਹੈ ਉਹ ਫੇਅਰ ਬ੍ਰਦਰ ਹੀ ਆ। ਪਰ ਜਿਹੜੀ ਘਰਾਂ ਦੀ ਹੈ ਇਹ ਨੰਬਰਿੰਗ ਉਹ ਡਿਫਰੈਂਟ ਹੋ ਜਾਂਦੀ ਹੈ, 600 ਜਿੱਦਾਂ ਸੀਰੀਜ਼, 500 ਸੀਰੀਜ਼, 400 ਲਾਈਕ ਦੈਟ। ਹਰ ਪ੍ਰੋਵਿੰਸ ਦਾ ਜਿਹੜਾ ਦੇਖਿਆ ਮੈਂ ਇਹ ਸਟ੍ਰੀਟਾਂ ਨੂੰ ਨਾਂ ਰੱਖਣ ਦਾ ਜਿਹੜਾ ਤਰੀਕਾ ਉਹ ਡਿਫਰੈਂਟ ਹੈ। ਕਿਉਂਕਿ ਇੱਥੇ ਮੈਨੂੰ ਲੱਗਦਾ ਸਸਕੈਚੂਨ ਦੇ ਵਿੱਚ ਜਦੋਂ ਵੀ ਕੋਈ ਨੇਬਰਹੁੱਡ ਬਣਾਈ ਜਾਂਦੀ ਹੈ ਨਵੀਂ, ਕਿਉਂਕਿ ਸਿਟੀ ਡਿਵੈਲਪ ਕਰਦੀ ਸਾਰਾ ਏਰੀਆ, ਸੋ ਪਹਿਲਾਂ ਹੀ ਸਾਰੇ ਜਿਹੜੇ ਜਦੋਂ ਪਲੈਨਿੰਗ ਹੁੰਦੀ ਹੈ ਤਾਂ ਸਾਰੇ ਸਟ੍ਰੀਟਾਂ ਦੇ ਨਾਮ ਵਗੈਰਾ ਉਹ ਰੱਖੇ ਜਾਂਦੇ ਆ, ਅਤੇ ਉਹਦੇ ਪਲੈਨਿੰਗ ਦੇ ਵਿੱਚ ਹੀ ਫਿਰ ਸਾਰੇ ਇੱਕ ਨਾਂ ਲੈ ਕੇ ਅਤੇ ਉਹਦੇ ਡਿਫਰੈਂਟ ਰੀਸੈਂਟ ਕੋਰਟ ਬੁਲੇਵਾਰਡ ਲਾਈਕ ਦੈਟ। ਇੱਧਰ ਵੀ ਮੈਂ ਤੁਹਾਨੂੰ ਸਾਰੇ ਘਰ ਦਿਖਾਈ ਦੇਣਾ। ਜਦੋਂ ਵੈਦਰ ਚੇਂਜ ਹੁੰਦਾ ਤੇ ਸਾਰਾ ਕੁਛ ਹੀ ਇਕਦਮ ਘਾਹ ਹਰਾ ਹੋ ਜਾਂਦਾ, ਪੱਤੇ ਆਉਣੇ ਸ਼ੁਰੂ ਹੋ ਜਾਂਦੇ, ਐਵਰੀਥਿੰਗ ਯੂ ਵਿਲ ਸੀ ਇਨ ਮਾਈ ਨੈਕਸਟ ਵੀਡੀਓਜ਼ ਇਹ ਸਭ ਕੁਛ ਗ੍ਰੀਨਰੀ ਨਾਲ ਭਰ ਜਾਣਾ ਸਾਰੇ। ਅਤੇ ਜਿਨ੍ਹਾਂ ਨੇ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਅਤੇ ਉਹਦੇ ਵਿੱਚ ਦੇਖਿਆ ਹੋਣਗਾ ਕਿ ਕਿਸ ਤਰ੍ਹਾਂ ਸਾਰੇ ਪਾਸੇ ਸਨੋਅ ਦਿਸਦੀ ਸੀ, ਪਰ ਆਲ ਦੈਟ ਸਨੋਅ ਇਜ਼ ਗੋਨ ਨਾਓ। ਲੋਕ ਇੱਥੇ ਘਰ ਦੇ ਮੋਹਰੇ ਜਿਹੜੇ ਗਰਾਸ ਹੈ ਉਹਦੀ ਵੀ ਬਹੁਤ ਕੇਅਰ ਕਰਕੇ ਰੱਖਦੇ ਆ, ਪ੍ਰੋਪਰ ਟਾਈਮ 'ਤੇ ਕੱਟਣਾ ਉਹਨਾਂ ਨੂੰ ਫਰਟੀਲਾਈਜ਼ਰ ਵਗੈਰਾ। ਕੋਈ ਵੀ ਤੁਸੀਂ ਦੇਖੋਗੇ ਨਹੀਂ ਕਿ ਕਿਸੇ ਨੇ ਘਾਹ ਨਹੀਂ ਕੱਟਿਆ। ਸੋ ਓਂਟੈਰੀਓ ਦੇ ਵਿੱਚ ਬਰੈਂਪਟਨ ਦੇ ਏਰੀਏ 'ਚ ਜਾਂ ਟੋਰੋਂਟੋ ਦੇ ਏਰੀਏ 'ਚ ਵੀ ਮੈਂ ਦੇਖਿਆ ਕਿ ਲੋਕ ਬਹੁਤਾ ਕੇਅਰ ਨਹੀਂ ਕਰਦੇ ਘਾਹ ਦੀ। ਈਵਨ BC ਦੇ ਵਿੱਚ ਵੀ ਸਰੀ ਐਵਰਸਪੋਰਟ ਵਗੈਰਾ, ਈਵਨ ਵਿਕਟੋਰੀਆ ਵਿੱਚ ਵੀ ਮੈਂ ਦੇਖਿਆ ਕਿ ਲੋਕ ਜ਼ਿਆਦਾ ਬਹੁਤਾ ਨਹੀਂ ਕਰਦੇ ਘਾਹ ਕੁੱਟਣ ਦਾ ਜਾਂ ਪ੍ਰੋਪਰ ਮੇਨਟੇਨ ਕਰਨ ਦਾ। ਸੋ ਆਈ ਡੋਂਟ ਨੋ ਵਾਈ
But it's there. ਤੇ ਹਰ ਨੇਵਰ ਵਿੱਚ ਜਿਹੜਾ ਹੈ ਤੁਸੀਂ ਦੇਖੋਗੇ ਇਸ ਤਰ੍ਹਾਂ ਇਹ ਪਾਰਕ ਹੈ ਕ੍ਰਿਸਟੀਨ ਮੋਰਿਸ ਪਾਰਕ ਸੋ ਇਹਦਾ ਵੀ ਮੈਂ ਥੋੜ੍ਹਾ ਜਿਹਾ ਤੁਹਾਨੂੰ ਲੁੱਕ ਲਾਈਕ ਇਟਸ ਨੋਟ ਏ ਬਿਗ ਪਾਰਕ ਬਟ ਸਟਿਲ ਬੱਚਿਆਂ ਦੇ ਖੇਡਣ ਲਈ ਯੂ ਕੈਨ ਸੀ ਪੰਛੀ ਵੀ ਆਉਣੇ ਸ਼ੁਰੂ ਹੋ ਗਏ ਸੁਣ ਸਕਦੇ ਆਵਾਜ਼ ਦੇਖੋ ਲਾਈਨਾਂ ਬਣਾ ਕੇ ਇਹਨਾਂ ਨੇ ਆਉਣਾ ਹੁਣ ਕਾਫੀ ਆ ਵੀ ਚੁੱਕਿਆ ਅਤੇ ਹੋਰ ਵੀ ਆ ਰਿਹਾ ਇਹ ਬ੍ਰਦਰਹੁੱਡ ਵੇ ਦਾ ਹੈ 1300 ਸੀਜੀ ਦੇ ਘਰ ਇੱਥੇ ਰਸਤੇ ਥੋੜ੍ਹਾ ਜਿਹਾ ਤੁਹਾਨੂੰ ਇਹਦੇ ਵਿੱਚ
ਸ਼ਨੀਵਾਰ ਹੋਣ ਕਰਕੇ ਬੜੀ ਸ਼ਾਂਤੀ ਹੈ, ਕੋਈ ਬੰਦਾ ਤੁਹਾਨੂੰ ਸੜਕ 'ਤੇ ਨਹੀਂ ਦਿਸੇਗਾ। ਕਾਰਾਂ ਵੀ ਜਿਹੜੀਆਂ ਹੈਗੀਆਂ ਮੇਨ ਰੋਡ 'ਤੇ ਥੋੜ੍ਹੀਆਂ ਬਹੁਤ, ਅਤੇ ਇਸ ਵੇਲੇ ਮਜ਼ਾ ਹੀ ਕੁਛ ਹੋਰ ਹੈ ਮੋਰਨਿੰਗ ਵਾਕ ਕਰਨ ਦਾ। ਇਹ ਮੁੜ ਕੇ ਫਿਰ ਮੈਂ ਰੀਵਰ ਰੋਡ 'ਤੇ ਆ ਗਿਆ, ਕਿਉਂਕਿ ਇਹ ਨੈਕਸਟ ਸਟ੍ਰੀਟ ਹੈ ਹਸਲਮ ਪੈਂਸੀ, ਅਤੇ ਹਸਲਮ ਦਾ ਤੁਹਾਨੂੰ ਮੈਂ ਏਰੀਆ ਦਿਖਾਉਣਾ। ਲੋਕਾਂ ਨੇ ਆਪਣੀਆਂ ਬੋਟਾਂ ਆਰਬੀ ਟ੍ਰੇਲਰ ਵਗੈਰਾ ਕੱਢ ਕੇ ਸਾਫ਼ ਸੂਫ ਕਰਨੇ ਸ਼ੁਰੂ ਕਰ ਦਿੱਤੇ, ਐਂਡ ਦੇ ਆਰ ਰੈਡੀ ਫੋਰ ਲੇਕ ਕੈਂਪਿੰਗ ਲਈ, ਕਿਉਂਕਿ ਮਈ ਦੇ ਵਿੱਚ ਜਿਹੜੀ ਹੈਗੀ ਆ ਉਹ ਕੈਂਪ ਸਾਈਟ ਖੁੱਲ੍ਹ ਜਾਂਦੀ ਆ। ਆਹ ਸਟ੍ਰੀਟ ਵੀ ਮੈਂ ਤੁਹਾਨੂੰ ਦਿਖਾ ਹੀ ਦਿੰਦਾ, ਇਹ ਹਸਲਮ ਦੀ ਹੈ 900 ਸੀ ਦੇ ਘਰ। ਕੋਸ਼ਿਸ਼ ਕਰੂੰਗਾ ਮੈਂ ਜਿੰਨੇ ਵੀ ਮੈਕਸੀਮ ਘਰ ਜਿਹੜੇ ਹੈਗੇ ਸਟ੍ਰੀਟਾਂ ਤੁਹਾਨੂੰ ਇਸ ਏਰੀਏ 'ਤੇ ਦਿਖਾ ਸਕਾਂ ਆਵਾਂਗਾ। ਕਿਉਂਕਿ ਸਵੇਰੇ ਹਾਲੇ ਠੰਡ ਹੁੰਦੀ ਹੈ ਅਤੇ ਬੜਾ ਮੁਸ਼ਕਲ ਆ ਘਰੋਂ ਨਿਕਲਣਾ ਲੱਗਦਾ। ਸੋ ਇਹ ਘਰ ਹੈ 719 ਸੇਲ 'ਤੇ ਲੱਗਾ ਹੈ, ਤੁਸੀਂ ਕੰਟੈਕਟ ਵੀ ਕਰ ਸਕਦੇ ਹਾਂ ਫਿਰ ਫੋਨ ਕਰਕੇ ਜੇ ਕਿਸੇ ਨੂੰ, ਅਤੇ ਮੈਂ ਦੇਖੂੰਗਾ ਇੰਟਰਨੈਟ 'ਤੇ ਜੇ ਜੀ ਮੈਨੂੰ ਇਨਫੋਰਮੇਸ਼ਨ ਮਿਲੀ ਤਾਂ ਇਹਦੀ ਪ੍ਰਾਈਸ ਵਗੈਰਾ ਮੈਂ ਤੁਹਾਨੂੰ ਉਹ ਬਾਅਦ ਦੇ ਵਿੱਚ ਜ਼ਰੂਰ ਮੈਂਸ਼ਨ ਕਰੂੰਗਾ।
look like it's the church on the company. Oh, yeah, car lagda. Different type of car. ਮੈਂ ਗੱਲ ਕਰ ਰਿਹਾ ਸੀ ਸਵੇਰ ਨੂੰ ਠੰਡ ਹੁੰਦੀ ਹੈ ਅਤੇ ਤਿਆਰ ਹੋਣ ਲਈ ਕਾਫੀ ਟਾਈਮ ਲੱਗ ਜਾਂਦਾ ਬੜਾ ਮਨ ਜਿਹਾ ਬਣਾਉਣਾ ਪੈਂਦਾ ਪਹਿਲਾਂ ਕਿ ਜਾਵਾਂ ਜਾਂ ਨਾ ਜਾਵਾਂ ਕਿਉਂਕਿ ਪਹਿਲਾਂ ਗੱਡੀ ਸਟਾਰਟ ਕਰਨੀ ਥੋੜ੍ਹੀ ਗਰਮ ਕਰਨੀ ਫਿਰ ਡਰਾਈਵ ਕਰਕੇ ਉਸ ਏਰੀਏ 'ਚ ਆਉਣਾ ਇਸ ਰੀਲੀ That's why I request all the viewers whosoever watch my video, please subscribe to it. So that will give me a lot of encouragement. Saskatoon is a very good place to live. Not much hustle muscle. Very calm and spacious. Beautiful parks. Beautiful lakes. ਅਤੇ 30 ਕਿਲੋਮੀਟਰ 'ਤੇ ਇੱਥੇ ਦੋ ਲੇਕਸ ਹੈਗੀਆਂ ਜਿੱਥੇ ਤੁਸੀਂ ਕੈਂਪਿੰਗ ਵੀ ਕਰ ਸਕਦੇ ਹਾਂ ਅਤੇ ਵੈਸੇ ਵੀ ਜੇ ਸਵੇਰ ਨੂੰ ਜਾਣਾ ਸ਼ਾਮ ਨੂੰ ਤੁਸੀਂ ਵਾਪਸ ਆ ਸਕਦੇ ਹਾਂ ਸੋ ਇਟਸ ਰੀਅਲੀ ਵੈਰੀ ਬਿਊਟੀਫੁਲ ਇਸ ਸਾਲ ਮੇਰਾ ਪਲੈਨ ਤਾਂ ਹੈ ਕਿ ਜਿੰਨੀਆਂ ਵੀ ਨੇੜੇ ਤੇੜੇ ਜਾਂ ਈਵਨ ਦੂਰ ਜਿਹੜੀ ਹੈਗੀਆਂ ਮੇਨ ਲੇਕਸ ਉੱਥੇ ਜਾ ਕੇ ਮੈਂ
कुछ दिन कैंपिंग करां ते ते डिफरेंट टाइमिंग दे वीडियोस टाइम बना के थानू दिखावा नेशनल पार्क है ये नेशनल पार्क प्रिंस एल्बर्ट नेशनल पार्क इत्थे वेरी ब्यूटीफुल वो तो थानू मैं जरूर दिखाऊंगा तो मेरा प्लान है कि एटलीस्ट 5-6 दिन उत्थे मैं रहा जाके ओके तो नेशनल पार्क दे विच बहुत कुछ है लेक्स 3-4 लेक्स है उत्थे बहुत लंबी लंबी ट्रेल्स है सो देयर आर लॉट ऑफ थिंग्स टू वॉच ऑलराइट Let's see. Okay. Hey, man. Rever Rd te aa gaya. Yeah, this is actually Konihowski Rd hai ye.
ਘਰ 235 ਵਿਕ ਗਿਆ ਲੱਗਾ ਇਸਦੀ ਸੇਲ 'ਤੇ Okay. Yeah. Actually, main dusri side te pahunch gaya si. So, aah river road hai itho. Maybe the road to some. ਦਿਖਾ ਕੇ ਇਸਦਾ ਜਿਹੜਾ ਹੈਗਾ ਮਾਰਨਿੰਗ ਵਾਕ ਮੈਂ ਖਤਮ ਕਰੂੰਗਾ ਨਾ ਫਿਰ ਮੈਂ ਇੱਧਰ ਹਸਲਮ ਰੋਡ ਪਹਿਲਾਂ ਜਿੱਥੇ ਗਿਆ ਸੀ ਮੈਂ ਪਲਾਂਟੇਸ਼ਨ ਤੋਂ ਦਰੱਖਤਾਂ ਤੋਂ ਤੁਹਾਨੂੰ ਮਹਿਸੂਸ ਹੋਏਗਾ ਕਿ ਇਹ ਜ਼ਿਆਦਾ ਪੁਰਾਣਾ ਏਰੀਆ ਨਹੀਂ ਹੈਗਾ ਪਰ ਇੰਨਾ ਸ਼ੋਰ ਆ ਕਿ 2008 ਤੋਂ ਪਹਿਲਾਂ ਇਹ ਬਣਿਆ ਹੋਏਗਾ ਕਿਉਂਕਿ ਜਦੋਂ ਮੈਂ ਇੱਥੇ ਆਇਆ ਸੀ ਤਾਂ ਉਸ ਵੇਲੇ ਇਹ ਏਰੀਆ ਬਣਿਆ ਹੋਇਆ ਸੀ ਅਤੇ ਉਸ ਵੇਲੇ ਕੁਛ ਮੇਰਾ ਘਰ ਕੰਸਟਰਕਸ਼ਨ ਸ਼ਾਇਦ ਥੋੜ੍ਹੀ ਬਹੁਤ ਚੱਲ ਵੀ ਰਹੀ ਸੀ
ਹਸਲਮ ਰੋਡ ਤੇ ਥੋੜਾ ਜਿਹਾ ਘਰ ਹੈਗੇ ਉਹ ਵੀ ਤੁਹਾਨੂੰ ਦਿਖਾ ਦੇਣਾ ओके दोस्तों ऑलराइट दोस्तों इतने मैं आज का जो मॉर्निंग वॉक खत्म करदा तो प्लीज़ मेरे चैनल में सबसक्राइब जरूर करया करो जो भी तुसी देखते हैं तो सारे धन्यवाद सत श्री अकाल नमस्कार बाय बाय आई लव यू गाइस।